ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਬੇਟੇ, ਛੁੱਟੀਆਂ ਤੋਂ ਬਾਅਦ ਤੁਸੀਂ ਸਕੂਲ ਵਾਪਸ ਆਏ ਹੋ। ਹੋ ਸਕਦਾ ਤੁਸੀਂ ਆਪਣੇ ਪੁਰਾਣੇ ਸਿਲੇਬਸ ਦੇ ਨਾਲ ਇਨ ਟੱਚ ਹੋਵੋ ਵੀ ਜਾਂ ਨਹੀਂ ਵੀ ਹੋ। ਸੋ ਅੱਜ ਦਾ ਜੋ ਸਾਡਾ ਟੌਪਿਕ ਹੈ, ਰਾਜਨੀਤਿਕ ਸਮਾਜੀਕਰਨ, ਪੋਲੀਟੀਕਲ ਸੋਸ਼ਲਾਈਜੇਸ਼ਨ, ਇਹ ਬੇਟੇ ਤੁਹਾਡੇ ਪੁਰਾਣੇ ਟੌਪਿਕ ਰਾਜਨੀਤਿਕ ਸੱਭਿਆਚਾਰ ਦੇ ਨਾਲ ਹੀ ਬਿਲਕੁਲ ਅਟੈਚਡ ਹੈ ਜਾਂ ਉਸਦੇ ਨਾਲ ਹੀ ਮਿਲਦਾ ਜੁਲਦਾ ਹੈ। ਸੋ ਬਹੁਤ ਹੀ ਸੋਹਣੇ ਟੌਪਿਕ ਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ, ਰਾਜਨੀਤਿਕ ਸਮਾਜੀਕਰਨ। ਤੁਹਾਡੇ ਸਾਹਮਣੇ ਸਲਾਈਡ ਵੀ ਹੈ, ਤੁਸੀਂ ਦੇਖ ਰਹੇ ਹੋ, ਜਿਹਦੇ ਵਿੱਚ ਅਸੀਂ ਸੋਸ਼ਲਾਈਜੇਸ਼ਨ ਜਾਂ ਸਮਾਜੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਤਕਰੀਬਨ ਸਾਰੇ ਤੱਥਾਂ ਦੀ ਚਰਚਾ ਕੀਤੀ ਹੈ। ਸੋ ਇਸ ਤਰ੍ਹਾਂ ਦੀ ਸਲਾਈਡਜ਼ ਤੁਹਾਨੂੰ ਦਿਲਚਸਪ ਤਰੀਕੇ ਦੇ ਨਾਲ ਪੜ੍ਹਾਉਣ ਦੇ ਲਈ ਹੀ ਯੂਜ਼ ਕੀਤੀਆਂ ਜਾਂਦੀਆਂ ਨੇ। ਰਾਜਨੀਤਿਕ ਸਮਾਜੀਕਰਨ ਦੀ ਧਾਰਨਾ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਅਸੀਂ ਇੱਕ ਵਾਰੀ ਵਾਪਸ ਚੱਲਦੇ ਹਾਂ ਰਾਜਨੀਤਿਕ ਸੱਭਿਆਚਾਰ ਦੇ ਉੱਤੇ, ਕਿਉਂਕਿ ਬੇਟੇ ਜੋ ਰਾਜਨੀਤਿਕ ਸਮਾਜੀਕਰਨ ਹੈ ਉਹ ਰਾਜਨੀਤਿਕ ਸੱਭਿਆਚਾਰ ਦੇ ਨਾਲ ਹੀ ਜੁੜਿਆ ਹੋਇਆ ਹੈ। ਸੋ ਜੇ ਤੁਹਾਨੂੰ ਯਾਦ ਹੋਵੇ ਤਾਂ ਰਾਜਨੀਤਿਕ ਸੱਭਿਆਚਾਰ ਕੀ ਸੀ? ਰਾਜਨੀਤੀ ਪ੍ਰਤੀ ਲੋਕਾਂ ਦੇ ਜੋ ਵਿਸ਼ਵਾਸ, ਭਾਵਨਾਵਾਂ, ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ, ਮਨੋਵਿਗਿਆਨ, ਲੋਕ ਕੀ ਸੋਚਦੇ ਨੇ ਆਪਣੀ ਰਾਜਨੀਤੀ ਬਾਰੇ, ਲੋਕਾਂ ਦਾ ਆਪਣੀ ਰਾਜਨੀਤੀ 'ਤੇ ਕਿੰਨਾ ਵਿਸ਼ਵਾਸ ਹੈ, ਕੀ ਭਾਵਨਾ ਹੈ, ਕੀ ਦ੍ਰਿਸ਼ਟੀਕੋਣ ਹਨ, ਉਹ ਆਪਣੇ ਢਾਂਚੇ ਨੂੰ ਕਿਵੇਂ ਲੈ ਰਹੇ ਹਨ, ਇਹਨਾਂ ਸਾਰਿਆਂ ਦੇ ਇਕੱਠੇ ਸਮੂਹ ਨੂੰ ਆਪਾਂ ਰਾਜਨੀਤਿਕ ਸੱਭਿਆਚਾਰ ਦਾ ਨਾਮ ਦਿੱਤਾ ਸੀ। ਅਤੇ ਅੱਜ ਆਪਾਂ ਗੱਲ ਕਰਾਂਗੇ ਰਾਜਨੀਤਿਕ ਸਮਾਜੀਕਰਨ ਦੀ, ਪੋਲੀਟੀਕਲ ਸੋਸ਼ਲਾਈਜੇਸ਼ਨ। ਸੋ ਪੋਲੀਟੀਕਲ ਸੋਸ਼ਲਾਈਜੇਸ਼ਨ ਨੂੰ ਜੇ ਆਪਾਂ ਇੱਕ ਲਾਈਨ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤਾਂ ਉਹ ਬਿਲਕੁਲ ਸੌਖਾ ਇਹ ਹੈ ਕਿ ਸਮਾਜਿਕ ਨਿਯਮਾਂ ਦੇ ਅਨੁਸਾਰ ਢਲ ਜਾਣ ਦੀ ਪ੍ਰਕਿਰਿਆ ਨੂੰ ਸਮਾਜੀਕਰਨ ਕਿਹਾ ਜਾਂਦਾ ਹੈ। ਇੱਥੇ ਪਹਿਲਾਂ ਮੈਂ ਰਾਜਨੀਤਿਕ ਸਮਾਜੀਕਰਨ ਦੀ ਗੱਲ ਨਹੀਂ ਕਰ ਰਹੀ ਬੇਟੇ, ਸਮਾਜੀਕਰਨ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸੋਸ਼ਲਾਈਜੇਸ਼ਨ ਇੱਕ ਆਮ ਵਿਸ਼ਾ ਹੈ, ਇਹਦੀ ਗੱਲ ਕਰਦੇ ਹਾਂ ਕਿ ਜਦੋਂ ਮਨੁੱਖ ਸਮਾਜ ਦੇ ਨਿਯਮਾਂ ਦੇ ਅਨੁਸਾਰ ਢਲ ਜਾਂਦਾ ਹੈ, ਆਟੋਮੈਟਿਕਲੀ ਢਲ ਜਾਂਦਾ ਹੈ, ਉਸਨੂੰ ਢਾਲਣ ਦੇ ਲਈ ਕੁਛ ਲੋੜ ਪੈ ਵੀ ਸਕਦੀ ਹੈ ਕਿਸੇ ਸਹਾਇਤਾ ਦੀ ਜਾਂ ਨਹੀਂ ਵੀ ਪੈ ਸਕਦੀ, ਜਿਵੇਂ ਜਿਵੇਂ ਉਹ ਸਮਾਜ ਵਿੱਚ ਵਿਚਰਦਾ ਹੈ ਉਸੇ ਅਨੁਸਾਰ ਉਹ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਸ ਪ੍ਰਕਿਰਿਆ ਨੂੰ ਰਾਜਨੀਤਿਕ ਸਮਾਜੀਕਰਨ ਜਾਂ ਆਪਾਂ ਆਮ ਸ਼ਬਦਾਂ ਵਿੱਚ ਸਮਾਜੀਕਰਨ ਕਿਹਾ ਜਾਂਦਾ ਹੈ। ਸਮਾਜ ਦੇ ਵੱਖ ਵੱਖ ਪਹਿਲੂਆਂ ਪ੍ਰਤੀ, ਕੋਈ ਵੀ ਪਹਿਲੂ ਹੋ ਸਕਦਾ ਹੈ, ਸਮਾਜਿਕ ਪਹਿਲੂ, ਆਰਥਿਕ ਪਹਿਲੂ, ਰਾਜਨੀਤਿਕ ਪਹਿਲੂ, ਕਿਸੇ ਚਰਚਾ ਦਾ ਕੋਈ ਵੀ ਵਿਸ਼ਾ ਹੋ ਸਕਦਾ ਹੈ, ਉਹਦੇ ਪ੍ਰਤੀ ਲੋਕਾਂ ਦੇ ਜੋ ਵਿਸ਼ਵਾਸ ਹੁੰਦੇ ਹਨ, ਲੋਕਾਂ ਦੀਆਂ ਜੋ ਭਾਵਨਾਵਾਂ ਹੁੰਦੀਆਂ ਹਨ, ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ, ਦ੍ਰਿਸ਼ਟੀਕੋਣ ਦਾ ਮਤਲਬ ਹੁੰਦਾ ਹੈ ਬੱਚੇ ਕੀ ਸੋਚਦੇ ਹਨ ਲੋਕ। ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਕਿ ਅਜਿਹਾ ਨਹੀਂ ਹੁੰਦਾ ਕਿ ਇੱਕ ਵਿਸ਼ੇ ਦੇ ਬਾਰੇ ਵਿੱਚ ਸਾਰਿਆਂ ਦੇ ਵਿਚਾਰ ਇੱਕੋ ਜਿਹੇ ਹੋਣ, ਇਹ ਵਿਚਾਰ ਅਲੱਗ ਅਲੱਗ ਹੁੰਦੇ ਹਨ ਕਿ ਕੋਈ ਬੰਦਾ ਕਿਵੇਂ ਸੋਚਦਾ ਹੈ, ਕੋਈ ਕਿਵੇਂ ਸੋਚਦਾ ਹੈ। ਸੋ ਕੀ ਦ੍ਰਿਸ਼ਟੀਕੋਣ ਹਨ ਲੋਕਾਂ ਦੇ, ਇਹਨਾਂ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਅਸੀਂ ਕਾਹਦਾ ਨਾਮ ਦਿੰਦੇ ਹਾਂ? ਸੱਭਿਆਚਾਰ ਦਾ ਨਾਮ ਦਿੰਦੇ ਹਾਂ। ਅਤੇ ਇਹੀ ਸੱਭਿਆਚਾਰ ਬੇਟੇ ਜਦੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਹੈ, ਸੱਭਿਆਚਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਹੈ, ਕਾਇਮ ਰੱਖਣਾ, ਕਾਇਮ ਆਪਾਂ ਕਿਸ ਚੀਜ਼ ਨੂੰ, ਬਰਕਰਾਰ ਆਪਾਂ ਕਿਸ ਚੀਜ਼ ਨੂੰ ਰੱਖਣਾ ਚਾਹੁੰਦੇ ਹਾਂ, ਜਿਹੜੀ ਚੀਜ਼ ਵਧੀਆ ਹੈ ਅਸੀਂ ਚਾਹੁੰਦੇ ਹਾਂ ਉਹਨੂੰ ਕਾਇਮ ਰੱਖੀਏ, ਬਰਕਰਾਰ ਰੱਖੀਏ, ਮੇਨਟੇਨ ਕਰਕੇ ਰੱਖੀਏ। ਦੂਸਰਾ ਚੀਜ਼ ਬਦਲਣਾ, ਬਦਲਣ ਦੀ ਪ੍ਰਕਿਰਿਆ, ਬਦਲਣਾ ਆਪਾਂ ਕਿਸ ਨੂੰ ਚਾਹੁੰਦੇ ਹਾਂ? ਜੋ ਵਧੀਆ ਨਹੀਂ ਹੈ, ਜੇ ਸਮਾਜ ਦੇ ਵਿੱਚ ਕੁਛ ਨਿਯਮ ਵਧੀਆ ਨਹੀਂ ਹਨ ਅਸੀਂ ਉਸਨੂੰ ਚੇਂਜ ਕਰਨਾ ਚਾਹਵਾਂਗੇ, ਜੇ ਕੁਛ ਕਾਨੂੰਨ ਵਧੀਆ ਨਹੀਂ ਹਨ ਅਸੀਂ ਉਹਨਾਂ ਨੂੰ ਚੇਂਜ ਕਰਨਾ ਚਾਹਵਾਂਗੇ, ਜੇ ਕੁਛ ਵਧੀਆ ਹੈ ਤਾਂ ਅਸੀਂ ਉਹਨੂੰ ਪਹਿਲਾਂ ਵੀ ਸ਼ਾਮਿਲ ਕੀਤਾ ਸੀ, ਅੱਜ ਵੀ ਅਸੀਂ ਉਸਨੂੰ ਸ਼ਾਮਿਲ ਕਰਕੇ ਰੱਖਣਾ ਚਾਹੁੰਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਕਿ ਜਿਵੇਂ ਭਾਰਤ ਦਾ ਸੰਵਿਧਾਨ ਹੈ, ਬਹੁਤ ਲੰਬਾ ਸਮਾਂ ਹੋ ਗਿਆ ਸੰਵਿਧਾਨ ਬਣਿਆ, ਪਰ ਸੰਵਿਧਾਨ ਦੇ ਵਿੱਚ ਧਰਮ ਨਿਰਪੱਖਤਾ, ਲੋਕਤੰਤਰ, ਸਮਾਜਵਾਦ, ਗਣਰਾਜ, ਅਧਿਕਾਰ, ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਵੀ ਮੇਨਟੇਨ ਕਰਕੇ ਰੱਖਣਾ ਚਾਹੁੰਦੇ ਹਾਂ, ਕਾਇਮ ਕਰਕੇ ਰੱਖਣਾ ਚਾਹੁੰਦੇ ਹਾਂ। ਇਸੇ ਤਰੀਕੇ ਦੇ ਨਾਲ ਤੁਹਾਨੂੰ ਸ਼ਾਇਦ ਯਾਦ ਹੋਏਗਾ ਬੇਟੇ, ਸਤੀ ਪ੍ਰਥਾ ਵਰਗੇ ਸਾਡੇ ਦੇਸ਼ ਦੇ ਵਿੱਚ ਜਾਤ ਪ੍ਰਥਾ, ਸਤੀ ਪ੍ਰਥਾ, ਕਈ ਤਰੀਕੇ ਦੇ ਪਰਦਾ ਪ੍ਰਥਾ, ਕਈ ਤਰੀਕੇ ਦੇ ਗਲਤ
ਨਿਯਮ ਜਿਸਨੂੰ ਅਸੀਂ ਕਹਿ ਸਕਦੇ ਹਾਂ ਰਿਵਾਜ ਸਨ, ਸਾਨੂੰ ਉਹ ਵਧੀਆ ਨਹੀਂ ਲੱਗਦੇ ਸਨ, ਸਮਾਜ ਦੇ ਅਨੁਕੂਲ ਨਹੀਂ ਸਨ, ਉਹਨਾਂ ਨੂੰ ਮਨੁੱਖ ਜਾਤੀ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਯਾਦ ਰੱਖਣਾ ਹੈ ਕਿ ਰਾਜਨੀਤਿਕ ਸੱਭਿਆਚਾਰ ਨੂੰ ਇੱਕ ਪੀੜ੍ਹੀ ਤੱਕ ਦੂਜੀ ਪੀੜ੍ਹੀ ਤੱਕ ਲੈ ਕੇ ਜਾਣਾ, ਉਸਨੂੰ ਕਾਇਮ ਰੱਖਣਾ ਅਤੇ ਉਸਨੂੰ ਬਦਲਣਾ, ਇਸ ਪ੍ਰਕਿਰਿਆ ਨੂੰ ਸਮਾਜੀਕਰਨ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਜਦੋਂ ਆਪਾਂ ਰਾਜਨੀਤਿਕ ਸਮਾਜੀਕਰਨ ਦੀ ਗੱਲ ਕਰਾਂਗੇ, ਰਾਜਨੀਤਿਕ ਸਮਾਜੀਕਰਨ ਨੂੰ ਬੇਟੇ ਤੁਸੀਂ ਬਿਲਕੁਲ ਆਮ ਸਮਾਜੀਕਰਨ ਜਾਂ ਸੱਭਿਆਚਾਰ ਦੇ ਨਾਲ ਲੈ ਕੇ ਪੜ੍ਹਨਾ ਹੈ, ਤਾਂ ਹੀ ਤੁਹਾਨੂੰ ਸਮਝ ਆਏਗਾ। ਠੀਕ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਰਾਜਨੀਤੀ ਦੇ ਪ੍ਰਤੀ ਲੋਕਾਂ ਦੇ ਜੋ ਵਿਸ਼ਵਾਸ, ਭਾਵਨਾਵਾਂ, ਕਦਰਾਂ ਕੀਮਤਾਂ ਹੋਣਗੀਆਂ, ਦ੍ਰਿਸ਼ਟੀਕੋਣ ਹੋਣਗੇ, ਲੋਕ ਰਾਜਨੀਤੀ ਬਾਰੇ ਕੀ ਸੋਚਦੇ ਹਨ, ਕਿਵੇਂ ਦਾ ਵਿਚਾਰ ਰੱਖਦੇ ਹਨ, ਕੀ ਉਹਨਾਂ ਨੂੰ ਯਕੀਨ ਹੈ ਜਾਂ ਨਹੀਂ ਹੈ, ਕਿਹੜੀਆਂ ਚੀਜ਼ਾਂ ਉਹ ਬਦਲਣਾ ਚਾਹੁੰਦੇ ਹਨ, ਕਿਹੜੀਆਂ ਚੀਜ਼ਾਂ ਉਹ ਕਾਇਮ ਰੱਖਣਾ ਚਾਹੁੰਦੇ ਹਨ, ਇਹ ਸਾਰੀ ਪ੍ਰਕਿਰਿਆ ਨੂੰ ਆਪਾਂ ਰਾਜਨੀਤਿਕ ਸਮਾਜੀਕਰਨ ਦਾ ਨਾਮ ਦੇ ਦਿੰਦੇ ਹਾਂ। ਸੋ ਤੁਹਾਡਾ ਇੱਕ ਨੰਬਰ ਦਾ ਇੱਕ ਪ੍ਰਸ਼ਨ ਵੀ ਇੱਥੇ ਆਉਂਦਾ ਹੈ ਕਿ ਸਮਾਜੀਕਰਨ ਤੋਂ ਕੀ ਭਾਵ ਹੈ, ਤਾਂ ਤੁਹਾਡੇ ਲਈ ਸਿੰਪਲ ਆਨਸਰ ਹੈ ਕਿ ਸਮਾਜ ਦੇ ਨਿਯਮਾਂ ਦੇ ਅਨੁਸਾਰ ਢਲ ਜਾਣ ਦੀ ਪ੍ਰਕਿਰਿਆ ਨੂੰ ਸਮਾਜੀਕਰਨ ਕਿਹਾ ਜਾਂਦਾ ਹੈ। ਇੱਥੇ ਬੱਚੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਦਾ ਜੋ ਇਹ ਟੌਪਿਕ ਹੈ ਅਸੀਂ ਬਿਲਕੁਲ ਬੁੱਕ ਦੇ ਅਕੋਰਡਿੰਗ ਨਹੀਂ ਕਰਾਂਗੇ, ਬਲਕਿ ਅਸੀਂ ਇਸਨੂੰ ਇੱਕ ਤਰੀਕੇ ਦੇ ਨਾਲ ਡਿਸਕਸ ਕਰਕੇ ਦਿਲਚਸਪ ਤਰੀਕੇ ਦੇ ਨਾਲ ਕਰਾਂਗੇ। ਆਪਣੇ ਆਲੇ ਦੁਆਲੇ ਦੇ ਵਿੱਚ ਇਗਜ਼ੈਂਪਲਸ ਲੱਭ ਕੇ ਝਾਤ ਪਾ ਕੇ ਹੀ ਆਪਾਂ ਇਸ ਟੌਪਿਕ ਨੂੰ ਅੱਜ ਡਿਸਕਸ ਕਰਾਂਗੇ। ਇਸੇ ਤਰੀਕੇ ਦੇ ਨਾਲ ਦੇਖੋ, ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰਤਾ ਹੈ ਕਿ ਰਾਜਨੀਤੀ ਦੇ ਪ੍ਰਤੀ ਦੇਸ਼ ਦੇ ਲੋਕਾਂ ਦੇ ਜੋ ਵਿਸ਼ਵਾਸ, ਭਾਵਨਾਵਾਂ, ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ ਹੁੰਦੇ ਹਨ, ਇਹਨਾਂ ਸਾਰਿਆਂ ਨੂੰ ਸਾਂਝੇ ਤੌਰ 'ਤੇ ਕਿਸ ਦਾ ਨਾਮ ਦਿੱਤਾ ਜਾਂਦਾ ਹੈ? ਰਾਜਨੀਤਿਕ ਸੱਭਿਆਚਾਰ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਇਹੀ ਰਾਜਨੀਤਿਕ ਸੱਭਿਆਚਾਰ ਜਦੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦਾ ਹੈ, ਕਾਇਮ ਰੱਖਿਆ ਜਾਂਦਾ ਹੈ ਜਾਂ ਬਦਲਿਆ ਜਾਵੇ, ਤਾਂ ਇਸ ਨੂੰ ਰਾਜਨੀਤਿਕ ਸਮਾਜੀਕਰਨ ਦਾ ਨਾਮ ਦਿੱਤਾ ਜਾਂਦਾ ਹੈ। ਸੋ ਸਮਾਜੀਕਰਨ ਅਤੇ ਰਾਜਨੀਤਿਕ ਸਮਾਜੀਕਰਨ ਤੁਹਾਡਾ ਦੋਨੋਂ ਹੀ ਨਾਲ ਨਾਲ ਚੱਲ ਰਹੇ ਹਨ। ਹੁਣ ਆਪਾਂ ਜੇ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ, ਥੋੜ੍ਹਾ ਜਿਹਾ ਹੀ ਡਿਸਕਸ ਕਰਾਂਗੇ ਆਪਾਂ ਵਿਸ਼ੇਸ਼ਤਾਵਾਂ ਨੂੰ। ਤੁਹਾਡੇ ਇਸ ਲੈਸਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਸਾਡੇ ਕੋਲ ਵਿਸ਼ਾ ਹੈ ਉਹ ਹੈ ਕਿ ਉਹ ਕਿਹੜੇ ਸਾਧਨ ਨੇ, ਉਹ ਕਿਹੜੇ ਤਰੀਕੇ ਨੇ ਜਿਸ ਦੇ ਰਾਹੀਂ ਅਸੀਂ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਸਮਾਜ ਵਿੱਚ ਹੁੰਦਾ ਦੇਖਦੇ ਹਾਂ। ਏਜੰਸੀਜ਼, ਏਜੰਟਸ, ਉਹ ਅਸੀਂ ਡਿਟੇਲ ਦੇ ਵਿੱਚ ਕਰਾਂਗੇ। ਉਸ ਤੋਂ ਪਹਿਲਾਂ ਬੇਟੇ ਵਿਸ਼ੇਸ਼ਤਾਵਾਂ ਨੂੰ ਆਪਾਂ ਇੱਕ ਜਨਰਲ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਪਹਿਲੀ ਵਿਸ਼ੇਸ਼ਤਾ, ਕਿਉਂਕਿ ਤੁਹਾਡੇ ਚਾਰ ਅੰਕਾਂ 'ਚ ਕਈ ਵਾਰੀ ਇਹ ਕੁਐਸਚਨ ਆ ਵੀ ਜਾਂਦਾ ਹੈ, ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਜਿਹੜੀ ਹੈ ਇਹ ਬੇਟੇ ਹਰੇਕ ਤਰੀਕੇ ਦੇ ਸਮਾਜ ਵਿੱਚ ਹੁੰਦੀ ਹੈ, ਚਾਹੇ ਸਮਾਜ ਪਿਛੜਿਆ ਹੋਵੇ ਚਾਹੇ ਵਿਕਸਿਤ ਹੋਵੇ, ਲੋਕਤੰਤਰੀ ਹੋਵੇ ਜਾਂ ਤਾਨਾਸ਼ਾਹੀ ਹੋਵੇ, ਸਮਾਜ ਵੱਡਾ ਹੋਵੇ ਚਾਹੇ ਛੋਟੇ ਰੂਪ ਦੇ ਵਿੱਚ ਹੋਵੇ, ਕਿਸੇ ਵੀ ਤਰੀਕੇ ਦਾ ਸਮਾਜ ਹੋਵੇ ਉਸ ਵਿੱਚ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਬਹੁਤ ਹੋਣੀ ਜ਼ਰੂਰੀ ਹੈ। ਹਾਂ, ਪੜ੍ਹੇ ਲਿਖੇ ਦੇਸ਼ਾਂ ਵਿੱਚ ਅਲੱਗ ਤਰੀਕੇ ਨਾਲ ਹੋਏਗੀ, ਅਨਪੜ੍ਹ ਦੇਸ਼ਾਂ ਵਿੱਚ ਅਲੱਗ ਹੋਏਗੀ, ਬਸਤੀਆਂ ਵਿੱਚ ਅਲੱਗ ਹੋਏਗੀ, ਗੁਲਾਮ ਦੇਸ਼ਾਂ ਵਿੱਚ ਅਲੱਗ ਹੋਏਗੀ, ਪਰ ਯਾਦ ਰੱਖਣਾ ਕਿ ਇਹ ਪ੍ਰਕਿਰਿਆ ਹੋਏਗੀ ਜ਼ਰੂਰ। ਦੂਸਰੀ ਗੱਲ ਕਿ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਬੇਟੇ ਕੋਈ ਐਸੀ ਪ੍ਰਕਿਰਿਆ ਨਹੀਂ ਹੈ ਜਿਹੜੀ ਅੱਜ ਚੱਲ ਰਹੀ ਹੈ, ਕੱਲ੍ਹ ਖਤਮ ਹੋ ਜਾਏਗੀ, ਜਾਂ ਅਸੀਂ ਕਹਿ ਦਈਏ 2 ਸਾਲ ਬਾਅਦ ਖਤਮ ਹੋ ਜਾਏਗੀ। ਨਹੀਂ, ਇਹ ਇੱਕ ਐਸੀ ਪ੍ਰਕਿਰਿਆ ਹੈ ਜੋ ਮਨੁੱਖ ਦੇ ਜਨਮ ਤੋਂ ਹੀ ਚੱਲਦੀ ਹੈ। ਜਦੋਂ ਤਾਂ ਮਨੁੱਖ ਜਾਤੀ ਦਾ ਜਨਮ ਹੋਇਆ ਉਦੋਂ ਤੋਂ ਹੀ ਮਨੁੱਖ ਨੇ ਆਪਣੇ ਆਪ ਨੂੰ ਸਮਾਜ ਦੇ ਅਨੁਸਾਰ ਢਾਲਿਆ ਹੋਇਆ ਹੈ, ਇਸੇ ਤਰੀਕੇ ਦੇ ਨਾਲ ਢਾਂਚੇ ਅਨੁਸਾਰ ਢਾਲਿਆ ਹੋਇਆ ਹੈ। ਜੇ ਕਬੀਲੇ ਸੀ ਤਾਂ ਮਨੁੱਖ ਨੇ ਕਬੀਲਿਆਂ ਦੇ ਅਨੁਸਾਰ ਢਾਲ ਲਿਆ, ਜੇ ਰਾਜ ਬਣ ਗਿਆ ਮਨੁੱਖ ਨੇ ਰਾਜ ਦੇ ਅਨੁਸਾਰ ਢਾਲ ਰਿਹਾ, ਵੱਡੇ ਦੇਸ਼ ਆ ਗਏ ਸਰਕਾਰਾਂ ਲੋਕਤੰਤਰੀ ਹੈ ਤਾਂ ਮਨੁੱਖ ਲੋਕਤੰਤਰ ਦੇ ਅਨੁਸਾਰ ਢਾਲ ਜਾਣਗੇ, ਜੇ ਤਾਨਾਸ਼ਾਹੀ ਹੈ ਤਾਂ ਉਸ ਅਨੁਸਾਰ, ਭਾਵ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਅਗਲੀ ਇੰਪੋਰਟੈਂਟ ਗੱਲ ਕਿ ਰਾਜਨੀਤਿਕ ਸਮਾਜੀਕਰਨ ਦੀ ਜੋ ਪ੍ਰਕਿਰਿਆ ਹੈ ਇਹ ਬੇਟੇ ਰਸਮੀ ਵੀ ਹੋ ਸਕਦੀ ਹੈ ਅਤੇ ਗੈਰ ਰਸਮੀ ਵੀ ਹੋ ਸਕਦੀ ਹੈ। ਇਹ ਸ਼ਬਦ ਰਸਮੀ ਅਤੇ ਗੈਰ ਰਸਮੀ ਬੇਟੇ ਤੁਹਾਡੇ ਬਾਰ ਬਾਰ ਤੁਹਾਡੇ ਪਹਿਲੇ 3-4 ਲੈਸਨਸ ਦੇ ਵਿੱਚ ਆਉਂਦਾ ਹੈ। ਰਸਮੀ ਭਾਵ ਸਿੱਧੀ, ਗੈਰ ਰਸਮੀ ਭਾਵ ਅਸਿੱਧੀ। ਡਰ ਨਹੀਂ ਜਾਣਾ ਇਹਨਾਂ ਸ਼ਬਦਾਂ ਨੂੰ ਦੇਖ ਕੇ, ਫੋਰਮਲ ਇਨਫੋਰਮਲ। ਰਸਮੀ ਭਾਵ ਇਹ ਪ੍ਰਕਿਰਿਆ ਤੁਹਾਨੂੰ ਨਜ਼ਰ ਵੀ ਆ ਸਕਦੀ ਹੈ, ਸਿੱਧੇ ਰੂਪ 'ਚ ਹੋ ਰਹੀ ਹੈ, ਜਾਂ ਤੁਹਾਨੂੰ ਕਈ ਵਾਰੀ ਨਜ਼ਰ ਨਹੀਂ ਆਉਂਦਾ, ਤੁਸੀਂ ਵੈਸੇ ਹੀ ਸਮਾਜ ਦੇ ਅਨੁਸਾਰ ਨਿਯਮਾਂ ਅਨੁਸਾਰ ਢਲ ਗਏ, ਤੁਹਾਨੂੰ ਸਪਸ਼ਟ ਤੌਰ 'ਤੇ ਨਜ਼ਰ ਨਹੀਂ ਆ ਰਿਹਾ, ਇਸ ਨੂੰ ਅਸੀਂ ਗੁਪਤ ਜਾਂ ਗੈਰ ਰਸਮੀ ਪ੍ਰਕਿਰਿਆ ਵੀ ਕਹਿ ਸਕਦੇ ਹਾਂ।
ਇਸ ਤੋਂ ਅਗਲੀ ਗੱਲ ਕਿ ਵੈਸੇ ਮੈਂ ਤੁਹਾਨੂੰ ਦੱਸਿਆ ਹੈ ਕਿ ਰਾਜਨੀਤਿਕ ਸਮਾਜੀਕਰਨ ਦੀ ਜੋ ਪ੍ਰਕਿਰਿਆ ਹੈ ਸਾਰੀ ਤਰ੍ਹਾਂ ਦੇ ਸਮਾਜਾਂ ਵਿੱਚ ਹੁੰਦੀ ਹੈ, ਪਰ ਬੇਟੇ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਤਾਂ ਇਹ ਪ੍ਰਕਿਰਿਆ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਪਸ਼ਟ ਰੂਪ ਵਿੱਚ ਲੋਕਤੰਤਰ ਵਿੱਚ ਪਾਈ ਜਾਂਦੀ ਹੈ। ਕਾਰਨ ਤੁਹਾਨੂੰ ਪਤਾ ਹੈ, ਲੋਕਤੰਤਰ ਵਿੱਚ ਭਾਸ਼ਣ ਦਾ ਅਧਿਕਾਰ ਹੈ, ਲੋਕਤੰਤਰ ਵਿੱਚ ਕਰਤੱਵ ਹੈਗੇ ਨੇ, ਸਾਡੇ ਕੋਲ ਅਧਿਕਾਰ ਹੈਗੇ ਨੇ, ਅਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹਾਂ, ਨਾਗਰਿਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੈ, ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ। ਇਸ ਕਰਕੇ ਇਹ ਪ੍ਰਕਿਰਿਆ ਜੋ ਹੈ ਖੁੱਲ੍ਹ ਕੇ ਜੇ ਆਪਾਂ ਕਹੀਏ ਤਾਂ ਲੋਕਤੰਤਰ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਅਗਲੀ ਗੱਲ ਹੈ ਕਿ ਰਾਜਨੀਤਿਕ ਮੁੱਲਾਂ ਦੇ ਸੰਚਾਲਨ ਦੀ ਵਿਧੀ। ਕੀ ਮਤਲਬ ਕਿ ਰਾਜਨੀਤੀ ਪ੍ਰਤੀ ਮੁੱਲ, ਮੁੱਲ ਦਾ ਇੱਥੇ ਮਤਲਬ ਹੈ ਚੰਗੀਆਂ ਗੱਲਾਂ, ਨੈਤਿਕ ਗੱਲਾਂ, ਕਿ ਰਾਜਨੀਤੀ ਨੂੰ ਆਪਾਂ ਨੇ ਕਿਵੇਂ ਨੈਤਿਕ ਬਣਾਉਣਾ ਹੈ, ਕਿਵੇਂ ਵਧੀਆ ਬਣਾਉਣਾ ਹੈ, ਕਿਹੜੇ ਮੁੱਲਾਂ ਦਾ ਸੰਚਾਲਨ ਕਰਨਾ ਹੈ, ਇਹ ਅਸੀਂ ਸਮਾਜੀਕਰਨ ਦੀ ਪ੍ਰਕਿਰਿਆ ਰਾਹੀਂ ਹੀ ਆਪਣੀ ਅਗਲੀ ਪੀੜ੍ਹੀ ਨੂੰ ਦੇ ਸਕਦੇ ਹਾਂ। ਅਤੇ ਲਾਸਟ ਵਨ ਕਿ ਰਾਜਨੀਤਿਕ ਸਮਾਜੀਕਰਨ ਦੀ ਵਿਧੀ ਰਾਹੀਂ ਸਮਾਜ ਨੂੰ ਇੱਕ ਖਾਸ ਦਿਸ਼ਾ ਵਿੱਚ ਮੋੜਿਆ ਜਾ ਸਕਦਾ ਹੈ। ਆਪਾਂ ਕਿਵੇਂ ਦਾ ਸਮਾਜ ਉਸਾਰਨਾ ਚਾਹੁੰਦੇ ਹਾਂ, ਇਹ ਅਸੀਂ ਸਮਾਜੀਕਰਨ ਜਾਂ ਸੱਭਿਆਚਾਰ ਦੀ ਵਿਧੀ ਦੇ ਰਾਹੀਂ ਡਿਸਾਈਡ ਕਰ ਸਕਦੇ ਹਾਂ। ਡਿਸਾਈਡ ਕਰਨ ਦੀ ਵੀ ਲੋੜ ਨਹੀਂ, ਹੁਣੇ ਆਪਾਂ ਜਦੋਂ ਡਿਸਕਸ ਕਰਾਂਗੇ ਮੈਂ ਤੁਹਾਨੂੰ ਐਗਜ਼ਾਮਪਲਸ ਦੇਵਾਂਗੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪਕੜ ਕੇ ਕਿਸੇ ਨੂੰ ਸਮਾਜੀਕਰਨ ਦੇ ਵਿੱਚ ਸ਼ਾਮਿਲ ਕਰਨਾ ਹੈ। ਨਹੀਂ, ਆਟੋਮੈਟਿਕਲੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਸਮਾਜ ਨੂੰ ਕਿਸ ਦਿਸ਼ਾ ਵੱਲ ਮੋੜ ਦਿੱਤਾ ਹੈ, ਇਹ ਥੋੜ੍ਹੀ ਦੇਰ ਬਾਅਦ ਹੀ ਤੁਹਾਨੂੰ ਫੀਲ ਹੁੰਦਾ ਹੈ। ਸੋ ਇਸ ਦੀਆਂ ਬੇਟੇ ਹੋਰ ਵੀ ਕਈ ਵਿਸ਼ੇਸ਼ਤਾਵਾਂ ਨੇ, ਬਹੁਤ ਜ਼ਿਆਦਾ ਵਿਸ਼ੇਸ਼ਤਾਵਾਂ ਦੀ ਲੋੜ ਨਹੀਂ, ਜੋ ਤੁਹਾਨੂੰ ਲੈਸਨ ਵਿੱਚੋਂ ਸਮਝ ਆਵੇ ਉਹਨਾਂ ਨੂੰ ਹੀ ਤੁਸੀਂ ਵਿਸ਼ੇਸ਼ਤਾ ਦੇ ਤੌਰ 'ਤੇ ਡਿਸਕਸ ਕਰੋ। ਅਗਲੀ ਚੀਜ਼ ਬਹੁਤ ਇੰਪੋਰਟੈਂਟ ਪੁਆਇੰਟ ਹੈ ਬੇਟੇ, ਟਾਈਪਸ ਆਫ ਪੋਲੀਟੀਕਲ ਸੋਸ਼ਲਾਈਜੇਸ਼ਨ, ਜਿਸਨੂੰ ਅਸੀਂ ਕਹਿ ਸਕਦੇ ਹਾਂ ਰਾਜਨੀਤਿਕ ਸਮਾਜੀਕਰਨ ਦੀਆਂ ਕਿਸਮਾਂ। ਕਿਸਮਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਸਮਾਜੀਕਰਨ ਹੋ ਸਕਦਾ ਹੈ। ਪਹਿਲੀ ਕਿਸਮ ਬੇਟੇ ਹੈ ਮੈਨੀਫੈਸਟ ਔਰ ਡਾਇਰੈਕਟ ਪੋਲੀਟੀਕਲ ਸੋਸ਼ਲਾਈਜੇਸ਼ਨ, ਜਿਸਨੂੰ ਅਸੀਂ ਕਹਿ ਸਕਦੇ ਹਾਂ ਪ੍ਰਗਟ ਜਾਂ ਪ੍ਰਤੱਖ ਰਾਜਨੀਤਿਕ ਸਮਾਜੀਕਰਨ। ਪ੍ਰਗਟ ਜਾਂ ਪ੍ਰਤੱਖ ਰਾਜਨੀਤਿਕ ਸਮਾਜੀਕਰਨ ਦਾ ਮਤਲਬ ਹੈ ਕਿ ਉਹ ਸਮਾਜੀਕਰਨ ਜਿਸ ਦੇ ਵਿੱਚ ਜੋ ਰਾਜਨੀਤਿਕ ਸੱਭਿਆਚਾਰ ਦੀ ਸਿੱਖਿਆ ਅਸੀਂ ਦੇਣਾ ਚਾਹੁੰਦੇ ਹਾਂ ਉਹ ਅਸੀਂ ਡਾਇਰੈਕਟ ਰੂਪ ਵਿੱਚ ਦੇ ਰਹੇ ਹਾਂ। ਉਦਾਹਰਣ ਦੇ ਤੌਰ 'ਤੇ ਸਾਮਵਾਦੀ ਦੇਸ਼ਾਂ ਦੇ ਵਿੱਚ ਰੂਸ ਹੈ, ਚੀਨ ਹੈ, ਵੀਅਤਨਾਮ ਹੈ, ਕੋਰੀਆ ਹੈ। ਤੁਸੀਂ ਇਸ ਤੋਂ ਇਲਾਵਾ ਦੇਖੋ ਜੋ ਸਾਡੇ ਮੁਸਲਿਮ ਕੰਟਰੀਜ਼ ਨੇ, ਉੱਥੇ ਛੋਟੇ ਬੱਚਿਆਂ ਨੂੰ ਹੀ ਮਦਰੱਸਿਆਂ ਦੇ ਵਿੱਚ, ਉਹਨਾਂ ਦੇ ਛੋਟੀ ਪਾਠਸ਼ਾਲਾ ਦੇ ਵਿੱਚ ਹੀ ਇੱਕ ਖਾਸ ਤਰੀਕੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਮੈਂ ਇੱਕ ਮੈਗਜ਼ੀਨ 'ਚ ਪੜ੍ਹਿਆ ਸੀ ਕਿ ਜੋ ਆਪਣੇ ਜੰਮੂ ਕਸ਼ਮੀਰ ਸ਼੍ਰੀਨਗਰ ਦਾ ਏਰੀਆ ਹੈ, ਉੱਥੇ ਛੋਟੇ ਛੋਟੇ ਪਾਠਸ਼ਾਲਾ ਬਣਾ ਕੇ ਉੱਥੋਂ ਹੀ ਛੋਟੇ ਬੱਚਿਆਂ ਨੂੰ ਬਚਪਨ ਤੋਂ ਹੀ ਇੱਕ ਖਾਸ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਹ ਜੋ ਸਾਡਾ ਏਰੀਆ ਹੈ ਇਹ ਬਹੁਤ ਜ਼ਿਆਦਾ ਅੱਤਵਾਦੀ, ਜਿਹਨੂੰ ਅਸੀਂ ਅੱਤਵਾਦੀ ਕਹਿੰਦੇ ਹਾਂ, ਪਰ ਉਹ ਜਿਹਾਦ ਦੇ ਨਾਮ ਦੇ ਉੱਤੇ ਉਹਨਾਂ ਨੂੰ ਉਸੇ ਤਰੀਕੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਹੋ ਰਹੀ ਹੋਵੇ, ਸਿੱਧੇ ਤੌਰ 'ਤੇ ਸਿਖਾਈ ਜਾ ਰਹੀ ਹੋਵੇ, ਸਾਨੂੰ ਨਜ਼ਰ ਆਵੇ ਪਾਠਕ੍ਰਮਾਂ ਰਾਹੀਂ, ਵਿਚਾਰਧਾਰਾ ਰਾਹੀਂ, ਤਾਂ ਉਸਨੂੰ ਆਪਾਂ ਬੇਟੇ ਪ੍ਰਗਟ ਜਾਂ ਪ੍ਰਤੱਖ ਰਾਜਨੀਤਿਕ ਸਮਾਜੀਕਰਨ ਕਹਿੰਦੇ ਹਾਂ। ਦੂਸਰੀ ਗੱਲ, ਸੈਕਿੰਡ ਪੁਆਇੰਟ ਇਜ਼ ਗੁਪਤ ਜਾਂ ਅਪ੍ਰਤੱਖ ਰਾਜਨੀਤਿਕ ਸਮਾਜੀਕਰਨ, ਜਿਸਨੂੰ ਅਸੀਂ ਕਹਿ ਦਿੰਦੇ ਹਿਡਨ, ਹਿਡਨ ਭਾਵ ਛੁਪਿਆ ਹੋਇਆ। ਹਿਡਨ ਪੋਲੀਟੀਕਲ ਸੋਸ਼ਲਾਈਜੇਸ਼ਨ ਕਿਹੜਾ ਹੋਏਗਾ, ਜਦੋਂ ਆਪਣੇ ਕੋਲ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜਦੋਂ ਅਸੀਂ ਆਪਣੇ ਬੱਚਿਆਂ ਨੂੰ, ਜਦੋਂ ਅਸੀਂ ਆਪਣੇ ਸਮਾਜ ਨੂੰ ਸਿੱਖਿਆ ਤਾਂ ਦੇ ਰਹੇ ਹਾਂ ਪਰ ਉਹ ਆਪਾਂ ਡਾਇਰੈਕਟ ਨਹੀਂ ਦਿੰਦੇ, ਆਟੋਮੈਟਿਕਲੀ ਆਪਣੇ ਆਪ ਉਹ ਉਸ ਅਨੁਸਾਰ ਢਲ ਜਾਂਦੇ ਹਨ। ਮੈਂ ਤੁਹਾਨੂੰ ਬਿਲਕੁਲ ਸਿੰਪਲ ਇਗਜ਼ਾਮਪਲ ਇੱਥੇ ਦਿੱਤੀ ਹੈ, ਜੇ ਤੁਸੀਂ ਧਿਆਨ ਨਾਲ ਦੇਖੋ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਫੈਮਿਲੀ ਦੀ, ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦੇ ਰਹੀ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕਿਸੇ ਕਿਤਾਬ ਰਾਹੀਂ ਨਹੀਂ ਸੀ ਪੜ੍ਹਾਇਆ ਗਿਆ, ਜਾਂ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਡਾਇਰੈਕਟ ਕੋਈ ਸਿੱਖਿਆ ਨਹੀਂ ਸੀ ਦਿੱਤੀ ਗਈ। ਉਹਨਾਂ ਨੇ ਆਪਣੇ ਪਿਤਾ, ਉਹਨਾਂ ਨੇ ਆਪਣੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ, ਮਾਤਾ ਗੁਜਰੀ ਜੀ ਤੋਂ, ਉਹਨਾਂ ਤੋਂ ਇਨਡਾਇਰੈਕਟਲੀ ਅਸੀਂ ਕਹਿ ਸਕਦੇ ਹਾਂ ਅਸਿੱਧੇ ਤੌਰ ਦੇ ਉੱਤੇ ਵਾਤਾਵਰਣ ਨੂੰ ਦੇਖਦੇ ਹੋਏ, ਘਰ ਦੇ ਮਾਹੌਲ ਨੂੰ ਦੇਖਦੇ ਹੋਏ, ਉਹਨਾਂ ਨੇ ਆਪਣੇ ਆਪ ਉਹਨਾਂ ਅੰਦਰ ਮਨੋਬਲ ਦੀ, ਸਾਹਸ ਦੀ ਅਤੇ ਬਲੀਦਾਨ ਦੀ ਭਾਵਨਾ ਪੈਦਾ ਹੋ ਗਈ। ਇਸੇ ਤਰੀਕੇ ਦੇ ਨਾਲ ਇੱਕ ਬਹੁਤ ਸੋਹਣੀ ਇਗਜ਼ਾਮਪਲ ਮੈਂ ਦੇਣਾ ਚਾਹਾਂਗੀ ਭਗਤ ਸਿੰਘ ਦੀ। ਅਸੀਂ ਆਮ ਤੌਰ 'ਤੇ ਸੁਣਿਆ ਹੈ ਕਿ ਭਗਤ ਸਿੰਘ ਛੋਟੇ ਹੁੰਦੇ ਆਪਣੇ ਬੰਦੂਕਾਂ ਬੀਜ ਰਹੇ ਸੀ ਖੇਤ ਦੇ ਵਿੱਚ, ਅਤੇ ਉਹਨਾਂ ਦੇ ਚਾਚਾ ਜੀ ਨੇ ਪੁੱਛਿਆ ਕਿ ਤੂੰ ਕੀ ਬੀਜ ਰਿਹਾ, ਉਹ ਕਹਿੰਦੇ ਮੈਂ ਬੰਦੂਕ ਬੀਜ ਰਿਹਾ ਹਾਂ।
ਅੱਜ ਇੱਕ ਬੀਜਾਂਗਾ ਅਤੇ ਉਸ ਤੋਂ ਬਾਅਦ ਉਹ ਕਈ ਪੈਦਾ ਹੋਣਗੀਆਂ ਅਤੇ ਇਹ ਬੰਦੂਕਾਂ ਉਹ ਕਹਿੰਦੇ ਤੂੰ ਕੀ ਕਰੇਂਗਾ, ਕਹਿੰਦੇ ਮੈਂ ਵੱਡੇ ਹੋ ਕੇ ਅੰਗਰੇਜ਼ਾਂ ਦੇ ਸਿਰ ਕੁਚਲਣ ਦੇ ਲਈ ਯੂਜ਼ ਕਰਾਂਗਾ। ਕੀ ਮਤਲਬ ਕਿ ਉਸ ਬੱਚੇ ਨੂੰ ਉਸ ਵੇਲੇ ਉਸ ਧਾਰਨਾ ਦਾ ਸਪਸ਼ਟਤਾ ਪਤਾ ਨਹੀਂ ਸੀ, ਪਰ ਉਸਨੇ ਆਪਣੇ ਚਾਚੇ ਤੋਂ ਆਪਣੇ ਪਿਤਾ ਤੋਂ ਇੱਕ ਦੇਸ਼ ਭਗਤੀ ਦੀ ਸਿੱਖਿਆ ਲਈ। ਹੁਣ ਤੁਸੀਂ ਦੇਖੋ ਜਦੋਂ ਆਪਣੇ ਸਮਾਜੀਕਰਨ ਦੀ ਪ੍ਰਕਿਰਿਆ ਹੋ ਰਹੀ ਹੈ ਪਰ ਇਨਡਾਇਰੈਕਟ ਰੂਪ 'ਚ ਹੋ ਰਹੀ ਹੈ, ਸਿੱਧੇ ਨਹੀਂ ਆਪਾਂ ਸਿਖਾ ਰਹੇ ਅਸਿੱਧੇ ਤੌਰ 'ਤੇ, ਤਾਂ ਉਸਨੂੰ ਆਪਾਂ ਕੀ ਕਹਾਂਗੇ ਬੇਟੇ, ਗੁਪਤ ਜਾਂ ਅਪ੍ਰਤੱਖ ਰਾਜਨੀਤਿਕ ਸਮਾਜੀਕਰਨ। ਅਗਲੀ ਚੀਜ਼ ਆਦਮ ਅਤੇ ਆਧੁਨਿਕ ਰਾਜਨੀਤਿਕ ਸਮਾਜੀਕਰਨ, ਪ੍ਰੀਮਿਟਿਵ ਐਂਡ ਮਾਡਰਨ, ਇਹ ਬਿਲਕੁਲ ਉਲਟ ਨੇ। ਆਦਮ ਭਾਵ ਪੁਰਾਣੀ, ਇਹ ਉਹਨਾਂ ਸਮਾਜਾਂ ਵਿੱਚ ਹੋਏਗੀ ਬੇਟੇ ਜਿੱਥੇ ਚੇਤਨਾ ਅਤੇ ਵਿੱਦਿਆ ਦੀ ਕਮੀ ਹੋਏਗੀ। ਲੋਕ ਸਿਰਫ ਆਗਿਆਕਾਰਤਾ ਹੁਕਮ ਮੰਨਣ 'ਤੇ ਜ਼ੋਰ ਦਿੰਦੇ ਨੇ, ਕਰਤੱਵਾਂ 'ਤੇ ਜ਼ੋਰ ਦਿੰਦੇ ਨੇ, ਨਾ ਤਾਂ ਉਹਨਾਂ ਨੂੰ ਆਪਣੇ ਅਧਿਕਾਰ ਦਿੱਤੇ ਜਾਂਦੇ ਨੇ, ਨਾ ਅਧਿਕਾਰਾਂ ਦਾ ਪਤਾ ਹੈ, ਨਾ ਹੀ ਉਹ ਖਾਸ ਕੋਈ ਯੋਗਦਾਨ ਦੇ ਸਕਦੇ ਹਨ, ਬੋਲ ਹੀ ਨਹੀਂ ਸਕਦੇ। ਦੂਸਰੇ ਪਾਸੇ ਜੇ ਆਪਾਂ ਮਾਡਰਨ ਦੀ ਗੱਲ ਕਰੀਏ ਤਾਂ ਇਹ ਕੀ ਹੈ ਕਿ ਚੇਤਨਾ ਅਤੇ ਵਿੱਦਿਆ ਦੇ ਸੰਚਾਰ ਦੇ ਸਾਧਨਾਂ ਦੇ ਪ੍ਰਸਾਰ ਕਾਰਨ ਜਿਹੜੇ ਵਿਕਸਿਤ ਸਮਾਜ ਨੇ, ਪੜ੍ਹੇ ਲਿਖੇ ਸਮਾਜ ਨੇ, ਅਮੀਰ ਸਮਾਜ ਨੇ, ਪੱਛਮੀ ਦੇਸ਼ ਨੇ, ਇੱਥੇ ਲੋਕਾਂ ਨੂੰ ਸਮਾਜੀਕਰਨ ਦੀ ਜੋ ਪ੍ਰਕਿਰਿਆ ਹੈ ਉਹ ਬੜੀ ਤੇਜ਼ ਹੁੰਦੀ ਹੈ। ਲੋਕ ਆਪਣੇ ਕਰਤੱਵਾਂ ਦੇ ਨਾਲ ਨਾਲ ਆਪਣੇ ਅਧਿਕਾਰਾਂ ਦੇ ਉੱਤੇ ਵੀ ਜ਼ੋਰ ਦਿੰਦੇ ਨੇ, ਲੋਕਾਂ ਦੇ ਅੰਦਰ ਚੇਤਨਾ ਹੁੰਦੀ ਹੈ, ਉਹਨਾਂ ਦੇ ਅੰਦਰ ਸਵਾਲ ਪੁੱਛਣ ਦੀ, ਕਿਸੇ ਗੱਲ ਨੂੰ ਜੱਜ ਕਰਨ ਦੀ, ਕਿਸੇ ਆਪਣਾ ਦ੍ਰਿਸ਼ਟੀਕੋਣ ਬਣਾਉਣ ਦੀ ਪੂਰੀ ਪੂਰੀ ਪਾਵਰ ਹੁੰਦੀ ਹੈ। ਸੋ ਇਹ ਛੋਟੀਆਂ ਜਿਹੀਆਂ ਦੋ ਤਿੰਨ ਕਿਸਮਾਂ ਸੀ, ਯਾਦ ਰੱਖਣੀਆਂ ਤੁਸੀਂ, ਮੈਂ ਰਿਪੀਟ ਕਰ ਰਹੀ ਹਾਂ। ਪ੍ਰਗਟ ਜਾਂ ਪ੍ਰਤੱਖ ਜਦੋਂ ਸਿੱਖਿਆ ਸਿੱਧੇ ਤੌਰ 'ਤੇ ਦਿੱਤੀ ਜਾ ਰਹੀ ਹੋਵੇ, ਪਾਠਕ੍ਰਮਾਂ ਰਾਹੀਂ ਆ ਸਕਦੀ ਹੈ, ਵਿਚਾਰਧਾਰਾ ਰਾਹੀਂ ਆ ਸਕਦੀ ਹੈ, ਭਾਸ਼ਣਾਂ ਰਾਹੀਂ ਆ ਸਕਦੀ ਹੈ, ਕਿਸੇ ਵੀ ਤਰੀਕੇ ਦੇ ਨਾਲ। ਅਤੇ ਦੂਸਰਾ ਗੁਪਤ, ਕਿ ਜਦੋਂ ਸਿੱਖਿਆ ਦਿੱਤੀ ਤਾਂ ਜਾ ਰਹੀ ਹੋਵੇ, ਮਿਲ ਰਹੀ ਹੋਵੇ, ਅਸੀਂ ਕੁਛ ਪਾ ਰਹੇ ਹਾਂ ਆਪਣੇ ਵਿਰਸੇ ਤੋਂ, ਪਰ ਉਹ ਸਿੱਧਾ ਨਹੀਂ ਬਲਕਿ ਅਸਿੱਧੇ ਤੌਰ ਦੇ ਉੱਤੇ। ਆਦਮ ਪੁਰਾਣੇ ਦੇਸ਼ਾਂ ਵਿੱਚ, ਪਿਛੜੇ ਦੇਸ਼ਾਂ ਦੇ ਵਿੱਚ ਅਤੇ ਆਧੁਨਿਕ ਵਿਕਸਿਤ ਦੇਸ਼ਾਂ ਦੇ ਵਿੱਚ। ਅਗਲੀ ਗੱਲ, ਹੁਣ ਆਪਾਂ ਬਹੁਤ ਹੀ ਸੋਹਣਾ ਡਿਸਕਸ ਕਰਾਂਗੇ ਰਾਜਨੀਤਿਕ ਸਮਾਜੀਕਰਨ ਦੇ ਸਾਧਨ, ਵੈਰੀ ਵੈਰੀ ਇੰਪੋਰਟੈਂਟ। ਜੇ ਆਪਾਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਦੱਸੀਏ ਤਾਂ ਵੀ ਬੇਟੇ ਬਹੁਤ ਇੰਪੋਰਟੈਂਟ ਹੈ। 10 ਅੰਕਾਂ ਦਾ ਤੁਹਾਨੂੰ ਵੱਡਾ ਸਵਾਲ ਵੀ ਆ ਸਕਦਾ ਹੈ ਜਿਸ ਵਿੱਚ ਸਾਰੇ ਸਾਧਨ ਪੁੱਛੇ ਜਾ ਸਕਦੇ ਨੇ। 4 ਅੰਕਾਂ ਦੇ ਛੋਟੇ ਸਵਾਲ ਦੇ ਵਿੱਚ ਵੀ ਤੁਹਾਨੂੰ ਕਿਸੇ ਪੁਆਇੰਟ ਨੂੰ ਡਿਸਕਸ ਕਰਨ ਲਈ ਕਿਹਾ ਜਾ ਸਕਦਾ ਹੈ। ਸਾਧਨਾਂ ਤੋਂ ਭਾਵ ਹੈ ਏਜੰਟ ਜਾਂ ਏਜੰਸੀਜ਼, ਕਿ ਉਹ ਕਿਹੜੇ ਤਰੀਕੇ ਹਨ, ਉਹ ਕਿਹੜੇ ਸਾਧਨ ਹਨ ਜਿਨ੍ਹਾਂ ਰਾਹੀਂ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਸਮਾਜ ਵਿੱਚ ਚੱਲਦੀ ਹੈ। ਇੱਥੇ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰਨਾ ਚਾਹਾਂਗੀ ਕਿ ਮੈਂ ਫਿਰ ਦੱਸ ਰਹੀ ਹਾਂ ਬੇਟੇ ਕਿ ਜੇ ਉਹ ਪ੍ਰਕਿਰਿਆ ਹੈ ਉਹ ਦੋ ਤਰ੍ਹਾਂ ਚੱਲ ਸਕਦੀ ਹੈ, ਸਿੱਧੀ ਵੀ ਚੱਲ ਸਕਦੀ ਹੈ, ਅਸਿੱਧੀ ਵੀ, ਪ੍ਰਗਟ ਵੀ ਚੱਲ ਸਕਦੀ ਹੈ ਅਤੇ ਗੁਪਤ ਵੀ ਚੱਲ ਸਕਦੀ ਹੈ। ਤੁਹਾਨੂੰ ਨਜ਼ਰ ਆ ਵੀ ਸਕਦੀ ਹੈ, ਤੁਹਾਨੂੰ ਨਜ਼ਰ ਨਹੀਂ ਵੀ ਆ ਸਕਦੀ। ਸੋ ਪਹਿਲਾ ਸਾਧਨ ਜੇ ਆਪਾਂ ਡਿਸਕਸ ਕਰਾਂਗੇ ਉਹ ਹੈ ਸਾਡੇ ਕੋਲ ਪਰਿਵਾਰ। ਪਰਿਵਾਰ ਨੂੰ ਕੀ ਕਿਹਾ ਜਾਂਦਾ ਹੈ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦੀ ਪਹਿਲੀ ਇਕਾਈ ਹੈ। ਮਨੁੱਖ ਦੇ ਨੈਤਿਕ ਗੁਣਾਂ ਦਾ, ਮਨੁੱਖ ਨੇ ਕਿੱਦਾਂ ਦਾ ਬਣਨਾ ਹੈ, ਸਿਵਿਕ ਵਰਚੂਜ਼ ਕਿੱਦਾਂ ਦੇ ਹੋਣੇ, ਬੱਚੇ ਦੇ ਕੀ ਸਿੱਖੇਗਾ, ਬੱਚਾ ਕਿਵੇਂ ਦਾ ਨਾਗਰਿਕ ਬਣੇਗਾ, ਇਹਦੀ ਜਿਹੜੀ ਪਹਿਲੀ ਇਕਾਈ ਹੈ ਉਹ ਸਾਡੇ ਕੋਲ ਕੀ ਹੈ, ਪਰਿਵਾਰ ਹੈ। ਤੁਸੀਂ ਦੇਖੋ ਬੱਚਾ ਪਰਿਵਾਰ 'ਚ ਜਨਮ ਲੈਂਦਾ ਹੈ, ਸਭ ਤੋਂ ਪਹਿਲਾਂ ਉਸਦਾ ਵਾਹ ਆਪਣੀ ਮਾਂ ਨਾਲ ਹੁੰਦਾ ਹੈ, ਮਾਂ ਤੋਂ ਬਾਅਦ ਘਰ ਦੇ ਮੈਂਬਰਾਂ ਨਾਲ ਹੁੰਦਾ ਹੈ, ਅਤੇ ਜਿਵੇਂ ਦਾ ਕੋਈ ਪਰਿਵਾਰ ਹੋਏਗਾ ਬੱਚੇ ਦੇ ਉੱਤੇ ਕਾਫੀ ਹੱਦ ਤੱਕ ਸੰਸਕਾਰਾਂ ਦਾ, ਪਰਿਵਾਰ ਦੇ ਰੀਤੀ ਰਿਵਾਜ਼ਾਂ ਦਾ ਅਸਰ ਹੋਏਗਾ। ਬੱਚੇ ਨੂੰ ਸਿਖਾਉਣ ਦੀ ਲੋੜ ਨਹੀਂ, ਜੋ ਉਹਦੇ ਮਾਤਾ ਪਿਤਾ ਕਰਨਗੇ, ਜੋ ਉਸਦੇ ਵੱਡੇ ਭੈਣ ਭਰਾ ਕਰਨਗੇ, ਜੋ ਉਸਦੇ ਘਰ ਦੇ ਵਿੱਚ ਹੋਏਗਾ। ਮੈਂ ਤੁਹਾਨੂੰ ਪਹਿਲਾਂ ਵੀ ਬੜੀ ਅੱਛੀ ਇਗਜ਼ਾਮਪਲ ਦਿੱਤੀ ਹੈ, ਭਗਤ ਸਿੰਘ ਦੀ ਵੀ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਦਿੱਤੀ ਹੈ। ਇਸੇ ਤਰੀਕੇ ਦੇ ਨਾਲ ਆਪਾਂ ਜੇ ਰਾਜਨੀਤੀ ਦੀ ਗੱਲ ਕਰੀਏ ਸਾਡੇ ਕੋਲ ਨਹਿਰੂ ਪਰਿਵਾਰ ਹੈ, ਸਾਡੇ ਕੋਲ ਬਾਦਲ ਪਰਿਵਾਰ ਹੈ, ਜੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਰਾਜਨੀਤੀ ਖੂਨ ਵਿੱਚ ਹੀ ਹੈ। ਸੋ ਜਿੱਦਾਂ ਦੇ ਪਰਿਵਾਰ ਦਾ ਮਾਹੌਲ ਹੋਏਗਾ, ਦੂਸਰੀ ਗੱਲ ਜਿਸ ਤਰ੍ਹਾਂ ਦੇ ਨਾਲ ਰਾਜਨੀਤਿਕ ਤੌਰ 'ਤੇ ਪਰਿਵਾਰ ਜੁੜਿਆ ਹੈ, ਉਸੇ ਤਰੀਕੇ ਦੀ ਸਿੱਖਿਆ ਬੱਚੇ ਨੂੰ ਆਟੋਮੈਟਿਕਲੀ ਮਿਲ ਜਾਂਦੀ ਹੈ। ਜੇ ਪਰਿਵਾਰ ਕਾਂਗਰਸ ਨਾਲ ਜੁੜਿਆ ਹੈ ਤਾਂ ਤੁਸੀਂ ਨੋਟ ਕਰੋ ਕਿ ਅੱਗੇ ਬੱਚੇ ਵੀ ਕਾਂਗਰਸ ਨਾਲ ਜੁੜਨਗੇ। ਜੇ ਪਰਿਵਾਰ ਅਕਾਲੀਆਂ ਨਾਲ ਜੁੜਿਆ ਹੈ ਤਾਂ ਬੱਚੇ ਵੀ ਆਟੋਮੈਟਿਕਲੀ ਉਸ ਨਾਲ ਹੀ ਜੁੜ ਜਾਂਦੇ ਹਨ। ਇਸੇ ਤਰੀਕੇ ਦੇ ਨਾਲ ਜੇ ਬੱਚਾ ਅੱਜ ਪਰਿਵਾਰ ਵਿੱਚ ਕਹਿਣਾ ਮੰਨ ਰਿਹਾ ਹੈ, ਪਰਿਵਾਰ ਵਿੱਚ ਪਿਆਰ ਕਰਦਾ ਹੈ, ਪਰਿਵਾਰ ਵਿੱਚ ਇੱਕ ਦੂਜੇ ਦੀ ਮਦਦ ਕਰਦਾ ਹੈ, ਤਾਂ ਕੱਲ੍ਹ ਨੂੰ ਉਹ ਚੰਗਾ ਨਾਗਰਿਕ ਵੀ ਬਣੇਗਾ ਅਤੇ ਦੇਸ਼ ਦੇ ਲਈ ਚੰਗਾ
ਆਦਰਸ਼ ਰੋਲ ਵੀ ਅਦਾ ਕਰ ਸਕਦਾ ਹੈ। ਪਰ ਜੇ ਬੱਚੇ ਨੇ ਆਪਣੇ ਪਰਿਵਾਰ 'ਚ ਹੀ ਮਾੜੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਤਾਂ ਯਾਦ ਰੱਖਣਾ ਕਿ ਇਹ ਜੋ ਸਾਰਾ ਢਾਂਚਾ ਹੈ ਇਹ ਇਸੇ ਤਰੀਕੇ ਦੇ ਨਾਲ ਅੱਗੇ ਚੱਲੇਗਾ। ਤੁਹਾਨੂੰ ਕਦੇ ਨਹੀਂ ਪਤਾ ਲੱਗੇਗਾ, ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਬੱਚਾ ਵਿਗੜ ਜਾਂਦਾ ਹੈ ਜਾਂ ਕਿਸੇ ਮਾੜੀ ਗੱਲ 'ਚ ਫਸ ਜਾਂਦਾ ਹੈ, ਤਾਂ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਇਹ ਪਰਿਵਾਰ ਦੇ ਨਿਯਮਾਂ ਦਾ, ਪਰਿਵਾਰ ਦੇ ਅਸੂਲਾਂ ਦਾ ਅਸਰ ਹੀ ਉਸ ਬੱਚੇ ਦੇ ਉੱਤੇ ਪਿਆ ਹੈ। ਸੋ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਕੀ ਸਾਡੇ ਪਰਿਵਾਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਰੋਲ ਅਦਾ ਕਰਨ ਦੇ ਲਈ ਤਿਆਰ ਕਰ ਰਹੇ ਨੇ ਜਾਂ ਉਹ ਕੋਈ ਅਜਿਹਾ ਮਾੜਾ ਕੰਮ ਕਰਦੇ ਨੇ ਜਿਹਦੇ ਨਾਲ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਮਾੜੀ ਸਿੱਖਿਆ ਸਿੱਖ ਰਹੇ ਨੇ। ਸੋ ਪਰਿਵਾਰ ਬੇਟੇ ਬਹੁਤ ਵਧੀਆ ਸਾਧਨ ਹੈ। ਦੂਸਰੀ ਆਪਾਂ ਗੱਲ ਕਰਾਂਗੇ ਸਮਾਜ ਦੀ, ਸੋਸਾਇਟੀ ਦੀ। ਜਿਸ ਤਰੀਕੇ ਦੇ ਨਾਲ ਬੰਦਾ ਆਪਣੇ ਪਰਿਵਾਰ ਨਾਲ ਜੁੜਿਆ ਹੈ ਉਸੇ ਤਰੀਕੇ ਦੇ ਨਾਲ ਉਨਾ ਹੀ ਬੰਦੇ ਦਾ ਸੰਬੰਧ, ਮਨੁੱਖ ਦਾ ਸੰਬੰਧ ਆਪਣੇ ਸਮਾਜ ਨਾਲ ਹੈ। ਸਮਾਜ ਤੋਂ ਬਿਨਾਂ ਮਨੁੱਖ ਨੂੰ ਸਮਾਜਿਕ ਜੀਵ ਕਿਹਾ ਗਿਆ ਹੈ। ਤੁਸੀਂ 6th ਕਲਾਸ ਤੋਂ ਪੜ੍ਹਦੇ ਹੋ ਕਿ ਜੋ ਮਨੁੱਖ ਸਮਾਜ ਤੋਂ ਬਿਨਾਂ ਰਹਿੰਦਾ ਹੈ ਜਾਂ ਤਾਂ ਉਹ ਪਸ਼ੂ ਹੈ ਜਾਂ ਉਹ ਦੇਵਤਾ ਹੋਏਗਾ। ਆਪਾਂ ਮੇਰੇ ਅਕੋਰਡਿੰਗ ਜੇ ਆਪਾਂ ਧਿਆਨ ਨਾਲ ਦੇਖੀਏ, ਅਸੀਂ ਸ਼ਾਇਦ ਕਾਨੂੰਨਾਂ ਤੋਂ ਉਨਾ ਨਹੀਂ ਡਰਦੇ ਜਿੰਨਾ ਅਸੀਂ ਸਮਾਜ ਤੋਂ ਡਰਦੇ ਹਾਂ। ਤੁਸੀਂ ਦੇਖੋ, ਕੋਈ ਗੱਲ ਹੋ ਜੇ ਸਾਨੂੰ ਇਹ ਹੁੰਦਾ ਕਿ ਲੋਕ ਕੀ ਕਹਿਣਗੇ। ਸੋ ਅਸੀਂ ਲੋਕਾਂ ਦੀ ਪਰਵਾਹ, ਸਮਾਜ ਦੀ ਪਰਵਾਹ ਜ਼ਿਆਦਾ ਕਰਦੇ ਹਾਂ। ਸੋ ਜਦੋਂ ਆਪਾਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਸਮਾਜ ਦੇ ਵਿੱਚ ਚੱਲ ਰਹੇ ਰੀਤੀ ਰਿਵਾਜ, ਸਮਾਜ ਦੇ ਵਿੱਚ ਫੈਲ ਰਹੀਆਂ ਚੰਗੀਆਂ ਅਤੇ ਮਾੜੀਆਂ ਦੋਨੋਂ ਤਰ੍ਹਾਂ ਦੀਆਂ ਘਟਨਾਵਾਂ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਪਏਗਾ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਮੈਂ ਇਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ, ਕਿ ਜਦੋਂ ਵੀ ਸਾਨੂੰ ਇੰਡੀਆ ਦੇ ਵਿੱਚੋਂ ਇਗਜ਼ੈਂਪਲਸ ਦੇਣੀਆਂ ਪੈਂਦੀਆਂ ਨੇ ਤਾਂ ਇਹ ਮਾੜੀਆਂ ਉਦਾਹਰਨਾਂ ਹੀ ਦੇਣੀਆਂ ਪੈਂਦੀਆਂ ਹਨ। ਜੇ ਆਪਾਂ ਦੇਖੀਏ, ਸਾਡੇ ਸਮਾਜ ਵਿੱਚ ਚੰਗਿਆਈ ਬਹੁਤ ਹੈ, ਪਰ ਕਈ ਘਾਟਾਂ ਐਸੀਆਂ ਆ ਚੁੱਕੀਆਂ ਨੇ ਜਿਹਦੇ ਕਰਕੇ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਸੋ ਜੇ ਅਸੀਂ ਦੇਖੋ, ਇੱਕ ਬੁੱਕ ਬਹੁਤ ਅੱਛੀ ਹੈ, ਕਲਟੀਵੇਟਿੰਗ ਡੈਮੋਕ੍ਰੇਸੀ। ਕਲਟੀਵੇਟ ਕਰਨਾ ਅਸੀਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਡੈਮੋਕ੍ਰੇਸੀ ਵਿਰਾਸਤ ਵਿੱਚ ਦੇ ਰਹੇ ਹਾਂ। ਕੀ ਦੇ ਰਹੇ ਹਾਂ? ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਸਾਡਾ ਸਮਾਜ, ਅਸੀਂ ਕੀ ਦਿਖਾ ਰਹੇ ਹਾਂ ਆਪਣੇ ਬੱਚਿਆਂ ਨੂੰ? ਜਿਵੇਂ ਦਾ ਅਸੀਂ ਦਿਖਾ ਰਹੇ ਹਾਂ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਬਣਨਾ ਹੈ। ਹੁਣ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ, ਭ੍ਰਿਸ਼ਟਾਚਾਰ, ਆਏ ਦਿਨ ਰੇਪ ਹੋਣੇ, ਹੋਰ ਨਵੀਆਂ ਤੋਂ ਨਵੀਆਂ ਤੁਸੀਂ ਸਮਾਜ ਦੇ ਵਿੱਚ ਦੇਖੋ, ਪਤਾ ਨਹੀਂ ਕਿਵੇਂ ਦੀਆਂ ਗੱਲਾਂ। ਕਈ ਵਾਰੀ ਮੈਂ ਸੋਚਦੀ ਹੁੰਦੀ ਹਾਂ ਕਿ ਅਖਬਾਰ ਚੁੱਕ ਲਓ, ਚਾਹੇ ਅਸੀਂ ਟੈਲੀਵਿਜ਼ਨ 'ਤੇ ਖਬਰਾਂ ਸੁਣ ਲਈਏ, ਇਹ ਦਿਲ ਦਹਿਲਾਉਣ ਵਾਲੀਆਂ ਹੀ ਆਉਂਦੀਆਂ ਨੇ। ਸਮਾਜ ਵਿੱਚ ਐਸੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਜਿਹਨੂੰ ਦੇਖਦੇ ਹੋਏ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਦੇ ਵੀ ਚੰਗੀ ਸੇਧ ਨਹੀਂ ਦੇ ਸਕਦੇ। ਸੋ ਜੇ ਸਮਾਜ ਚਾਹੇ ਤਾਂ ਇਹ ਸੁਧਾਰ ਵੀ ਹੋ ਸਕਦਾ ਹੈ, ਅਤੇ ਸਮਾਜ ਚਾਹੇ ਤਾਂ ਮਾੜੀਆਂ ਰੀਤਾਂ ਵੀ ਅਗਲੇ ਸਮਾਜ ਨੂੰ ਦਿੱਤੀਆਂ ਜਾ ਸਕਦੀਆਂ ਹਨ। ਤੀਸਰੀ ਗੱਲ ਆਪਾਂ ਕਰਾਂਗੇ, ਸਮਾਨ ਸਥਿਤੀ ਵਾਲੇ ਸਮੂਹ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੀਅਰ ਗਰੁੱਪਸ। ਸਮਾਨ ਸਥਿਤੀ ਵਾਲੇ ਸਮੂਹ ਦੇ ਵਿੱਚ ਬੇਟੇ ਕੋਈ ਵੀ ਆ ਸਕਦੇ ਹਨ। ਖਿਡਾਰੀਆਂ ਦਾ ਸਮੂਹ ਆ ਗਿਆ, ਜਵਾਨ ਬੱਚਿਆਂ ਦਾ ਸਮੂਹ ਆ ਗਿਆ, ਕੁੜੀਆਂ ਦਾ ਸਮੂਹ ਆ ਗਿਆ, ਕਾਲਜ ਪੜ੍ਹਦੇ ਵਿਦਿਆਰਥੀਆਂ ਦਾ ਸਮੂਹ ਆ ਗਿਆ, ਕਿਸੇ ਜਗ੍ਹਾ 'ਤੇ ਕੰਮ ਕਰ ਰਹੇ, ਇਕੱਠੇ ਕੰਮ ਕਰ ਰਹੇ ਅਧਿਆਪਕਾਂ ਦਾ ਸਮੂਹ ਆ ਸਕਦਾ ਹੈ, ਦਫ਼ਤਰਾਂ ਵਿੱਚ ਸਮੂਹ ਆ ਸਕਦੇ ਨੇ। ਉਹ ਅਜਿਹੇ ਸਮੂਹ ਪੀਅਰ ਗਰੁੱਪਸ ਹੁੰਦੇ ਨੇ ਜਿਹੜੇ ਕਿ ਸਾਂਝੇ ਹੁੰਦੇ ਨੇ, ਸਮਾਨ ਸਥਿਤੀ ਵਾਲੇ ਹੁੰਦੇ ਹਨ, ਜਿਨ੍ਹਾਂ ਦੀ ਇੱਕ ਦੂਜੇ ਦੇ ਨਾਲ ਕੀ ਹੁੰਦੀ ਹੈ, ਸਾਂਝ ਹੁੰਦੀ ਹੈ। ਅਜਿਹੇ ਸਮੂਹ ਵੀ ਤੁਸੀਂ ਦੇਖੋ, ਤੁਸੀਂ ਆਪਣੇ ਮਾਤਾ ਪਿਤਾ ਨਾਲ ਉਹਨੇ ਖੁੱਲ੍ਹ ਕੇ ਗੱਲ ਨਹੀਂ ਕਰਦੇ ਜਿੰਨੇ ਤੁਸੀਂ ਆਪਣੇ ਨਾਲ ਦੇ ਸਹਿਪਾਠੀਆਂ ਨਾਲ ਕਰਦੇ ਹੋ, ਮਿੱਤਰਾਂ ਨਾਲ ਕਰਦੇ ਹੋ। ਜੋ ਤੁਹਾਡੀ ਅਸਲੀਅਤ ਹੈ, ਪਿੰਡ ਦੀ ਸੱਥ ਵਿੱਚ ਬੈਠੇ ਤੁਸੀਂ ਬਜ਼ੁਰਗ ਦੇਖੋ, ਉਹਨਾਂ ਦੇ ਉਸ ਵੇਲੇ ਤੁਹਾਨੂੰ ਸਮਾਜ ਦੀ ਸੱਚਾਈ ਸਾਹਮਣੇ ਆਏਗੀ। ਤੁਸੀਂ ਲੇਡੀਜ਼ ਨੂੰ ਗੱਲਾਂ ਕਰਦੇ ਦੇਖੋ, ਤੁਸੀਂ ਯੂਨੀਵਰਸਿਟੀਆਂ ਵਿੱਚ ਜਵਾਨ ਬੱਚਿਆਂ ਨੂੰ ਗੱਲਾਂ ਕਰਦੇ ਦੇਖੋ। ਇੱਥੋਂ ਤੱਕ ਕਿ ਹੁਣ ਅਸੀਂ ਨੋਟ ਕਰਦੇ ਹਾਂ ਕਿ ਸਾਡੇ ਸਕੂਲਾਂ ਦੇ ਵਿੱਚ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਗੱਲਾਂ ਕਰਦੇ ਹੋਏ ਦੇਖੋ, ਉਹਨਾਂ ਦਾ ਵੀ ਇੱਕ ਤਰੀਕੇ ਦਾ ਪੀਅਰ ਗਰੁੱਪਸ ਨੇ, ਸਮਾਨ ਸਥਿਤੀ ਵਾਲੇ ਸਮੂਹ ਨੇ। ਸੋ ਅਜਿਹੇ ਜਦੋਂ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਤਾਂ ਅਸੀਂ ਸਮਾਜ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ, ਹਰ ਗੱਲ ਨੂੰ ਜਦੋਂ ਅਸੀਂ ਕੁਛ ਨਾ ਕੁਛ ਡਿਸਕਸ ਕਰਦੇ ਹਾਂ ਤਾਂ ਇਹ ਅਸੀਂ ਅਗਲੀ ਪੀੜ੍ਹੀ ਨੂੰ ਕੁਛ ਨਾ ਕੁਛ ਦੇ ਰਹੇ ਹੁੰਦੇ ਹਾਂ, ਸਾਡਾ ਕੋਈ ਨਾ ਕੋਈ ਦ੍ਰਿਸ਼ਟੀਕੋਣ, ਸਾਡਾ ਕੋਈ ਨਾ ਕੋਈ ਨਜ਼ਰੀਆ ਬਣ ਰਿਹਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਸਕੂਲੀ ਪੱਧਰ ਦੀਆਂ ਵਿੱਦਿਅਕ ਸੰਸਥਾਵਾਂ ਦੀ, ਸਕੂਲ ਦੇ ਉੱਤੇ, ਸਕੂਲ ਲੈਵਲ ਦੇ ਉੱਤੇ। ਦੇਖੋ, ਸਕੂਲ ਲੈਵਲ ਦੇ ਉੱਤੇ ਜਾਂ ਤਾਂ ਸਾਡੇ ਕੋਲ 5ਵੀਂ ਤੱਕ ਦੀਆਂ ਆ ਜਾਣਗੀਆਂ ਜਾਂ ਸਾਡੇ ਕੋਲ 6ਵੀਂ ਤੋਂ 12ਵੀਂ ਤੱਕ ਦੀਆਂ ਕਲਾਸਿਸ ਆ ਜਾਣਗੀਆਂ। ਜੇ ਅਸੀਂ ਦੇਖੀਏ ਕਿ ਸਕੂਲ ਪੱਧਰ ਦੀਆਂ ਵਿੱਦਿਅਕ ਸੰਸਥਾਵਾਂ, ਇਹ ਬੇਟੇ ਦੇਖੋ ਹੁਣ ਇੱਕ ਤੁਹਾਡੇ ਸਾਹਮਣੇ ਸਲਾਈਡ ਹੈ ਕਿ ਸੋਸ਼ਲਾਈਜੇਸ਼ਨ ਐਂਡ ਦਾ ਹਿਡਨ ਕਰੀਕੁਲਮ। ਹਿਡਨ ਮੈਨੇ ਛੁਪਿਆ ਹੋਇਆ,
ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਦੀ ਸਿੱਖਿਆ ਦੇਣਾ ਚਾਹੁੰਦੇ ਹਾਂ, ਇਹ ਸਾਡੇ ਸਿਲੇਬਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ। ਤੁਸੀਂ ਦੇਖੋ, ਛੋਟੇ ਬੱਚਿਆਂ ਨੂੰ ਅਸੀਂ ਆਪਣੇ ਵਾਤਾਵਰਣ ਬਾਰੇ ਦੱਸਦੇ ਹਾਂ, ਆਪਣੀ ਸਿਹਤ ਬਾਰੇ ਦੱਸਦੇ ਹਾਂ, ਸਮਾਜ ਵਿੱਚ ਫੈਲ ਰਹੇ ਨਸ਼ਿਆਂ ਬਾਰੇ ਦੱਸ ਰਹੇ ਹਾਂ, ਸਕੂਲਾਂ ਦੇ ਵਿੱਚ ਦੇਸ਼ ਭਗਤੀ ਦੇ ਲੈਸਨ ਨੇ, ਦੇਸ਼ ਪਿਆਰ ਦੀਆਂ ਕਵਿਤਾਵਾਂ ਨੇ, ਆਪਣੇ ਵਾਤਾਵਰਣ ਨੂੰ ਬਚਾਉਣ ਦੀਆਂ ਪ੍ਰਕਿਰਿਆ ਆਪਾਂ ਪੋਇਮਸ ਪੜ੍ਹਦੇ ਹਾਂ, ਭਾਸ਼ਣ ਦਿੰਦੇ ਹਾਂ, ਦਿਨ ਮਨਾਉਂਦੇ ਹਾਂ। ਇਸ ਤੋਂ ਇਲਾਵਾ ਹੁਣ ਤਾਂ ਬਹੁਤ ਵਿਕਾਸ ਹੋ ਚੁੱਕਿਆ ਹੈ, ਹੁਣ ਤਾਂ ਅਸੀਂ ਜੇ ਅਸੀਂ ਕਹਿ ਸਕਦੇ ਹਾਂ ਸਾਡੇ ਕੋਲ ਪ੍ਰੋਜੈਕਟਸ ਨੇ, ਸਾਡੇ ਕੋਲ ਇੰਟਰਨੈਟਸ ਨੇ, ਸਾਡੇ ਕੋਲ ਲੈਪਟੋਪਸ ਨੇ, ਇਹਨਾਂ ਤੋਂ ਅਸੀਂ ਜਾ ਕੇ ਦੁਨੀਆ ਦੇ ਵਿੱਚ ਦੇਖ ਸਕਦੇ ਹਾਂ ਕੀ ਹੋ ਰਿਹਾ ਹੈ। ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਦੀ ਸਿੱਖਿਆ ਦੇਣਾ ਚਾਹੁੰਦੇ ਹਾਂ, ਕਿਵੇਂ ਦਾ ਬਣਾਉਣਾ ਚਾਹੁੰਦੇ ਹਾਂ, ਇਹ ਕਾਫੀ ਹੱਦ ਤੱਕ ਸਾਡੇ ਸਕੂਲ ਪੱਧਰ ਦੀਆਂ ਵਿੱਦਿਅਕ ਸੰਸਥਾਵਾਂ, ਜਿਹਨੂੰ ਆਪਾਂ ਨਹੀਂ ਕਹਿ ਸਕਦੇ ਹਾਂ, ਸਕੂਲ ਨੂੰ ਵਿਦਿਆਰਥੀ ਜੀਵਨ ਦੀ ਆਪਾਂ ਨਹੀਂ ਕਹਿ ਸਕਦੇ ਹਾਂ, ਸਕੂਲ 'ਚ ਅਧਿਆਪਕਾਂ ਤੋਂ ਬੱਚੇ ਪ੍ਰਭਾਵਿਤ ਹੁੰਦੇ ਨੇ, ਆਪਣੇ ਨਾਲ ਦੇ ਸਾਥੀਆਂ ਤੋਂ ਪ੍ਰਭਾਵਿਤ ਹੁੰਦੇ ਨੇ, ਆਪਣੀਆਂ ਬੁੱਕਸ ਤੋਂ ਪ੍ਰਭਾਵਿਤ ਹੁੰਦੇ ਹਨ, ਆਪਣੇ ਮਨਾਏ ਜਾਣ ਵਾਲੇ ਦਿਨਾਂ ਤੋਂ ਪ੍ਰਭਾਵਿਤ ਹੁੰਦੇ ਹਨ। ਸੋ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ, ਤੁਸੀਂ ਸਿੱਖਿਆ ਲੈ ਰਹੇ ਹੋ ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਤੁਸੀਂ ਸਕੂਲ 'ਚ ਅਨੁਸ਼ਾਸਨ 'ਚ ਰਹਿਣਾ ਸਿੱਖ ਰਹੇ ਹੋ, ਤੁਸੀਂ ਕੱਲ੍ਹ ਨੂੰ ਅਨੁਸ਼ਾਸਿਤ ਬੱਚੇ ਬਣ ਜਾਓਗੇ, ਤੁਸੀਂ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਨੇ, ਟੀਚਰਸ ਨੇ, ਉਹਨਾਂ ਦਾ ਕਹਿਣਾ ਮੰਨਦੇ ਹੋ, ਕੱਲ੍ਹ ਨੂੰ ਤੁਸੀਂ ਸਮਾਜ ਦੇ ਵਿੱਚ ਵੀ ਆਗਿਆਕਾਰ ਬਣ ਜਾਓਗੇ। ਜੇ ਤੁਸੀਂ ਸਕੂਲ ਦੇ ਵਿੱਚ ਨੋਟੋਰੀਅਸ ਹੋ, ਤੁਹਾਡੀ ਕੋਈ ਨਾ ਕੋਈ ਤੁਸੀਂ ਹਰਕਤ ਕਰਕੇ ਰੱਖਦੇ ਹੋ, ਤਾਂ ਕੱਲ੍ਹ ਨੂੰ ਤੁਸੀਂ ਸਮਾਜ ਵਿੱਚ ਵੀ ਕੋਈ ਚੰਗੀ ਦੇਣ ਨਹੀਂ ਦੇ ਸਕਦੇ। ਸੋ ਜੇ ਆਪਾਂ ਚਾਹੀਏ ਤਾਂ ਸਕੂਲ ਪੱਧਰ ਦੇ ਉੱਤੇ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਅਧਿਆਪਕ, ਸਾਡਾ ਢਾਂਚਾ, ਸਾਡੀਆਂ ਬੁੱਕਸ, ਸਾਡਾ ਸਿਲੇਬਸ ਅਜਿਹਾ ਹੋਵੇ ਕਿ ਅਸੀਂ ਸਮਾਜ ਨੂੰ ਇੱਕ ਚੰਗੀ ਦੇਣ ਦੇ ਸਕੀਏ। ਅਗਲੀ ਗੱਲ, ਉਚੇਰੀ ਪੱਧਰ ਪੜ੍ਹਾਈ ਦੇ ਵਿੱਦਿਅਕ ਅਦਾਰੇ, ਐਜੂਕੇਸ਼ਨਲ ਇੰਸਟੀਟਿਊਸ਼ਨਸ ਆਫ ਹਾਇਰ ਐਜੂਕੇਸ਼ਨ। ਦੇਖੋ, ਹਾਇਰ ਐਜੂਕੇਸ਼ਨ ਜਦੋਂ ਤੁਸੀਂ ਕਾਲਜ ਪੱਧਰ 'ਤੇ ਜਾਂ ਖਾਸ ਤੌਰ 'ਤੇ ਯੂਨੀਵਰਸਿਟੀ ਪੱਧਰ 'ਤੇ ਪਹੁੰਚ ਜਾਂਦੇ ਹੋ, ਦੇਖੋ ਬੇਟੇ, ਬੱਚੇ ਨੂੰ ਕਿਸੇ ਹੱਦ ਤੱਕ, ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਛੋਟੇ ਬੱਚਿਆਂ ਨੂੰ, ਫੁੱਲ ਨੇ ਇਹ ਤਾਂ, ਇਹਨਾਂ ਨੂੰ ਆਪਾਂ ਕਿਸੇ ਹੱਦ ਤੱਕ ਢਾਲ ਵੀ ਸਕਦੇ ਹਾਂ, ਇਹਨਾਂ ਨੂੰ ਅਸੀਂ ਕੋਈ ਇਗਜ਼ਾਮਪਲ ਦੇ ਸਕਦੇ ਹਾਂ ਜਿਹੜੀ ਕਿ ਸ਼ਾਇਦ ਸੱਚ ਨਾ ਵੀ ਹੋਵੇ, ਪਰ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਤੁਹਾਡੀ ਇੱਕ ਆਪਣੀ ਹੋਂਦ ਹੁੰਦੀ ਹੈ, ਤੁਸੀਂ ਆਪਣੇ ਆਪ ਨੂੰ ਪਛਾਣਨ ਲੱਗ ਜਾਂਦੇ ਹੋ। ਸੋ ਉਚੇਰੀ ਵਿੱਦਿਅਕ ਸੰਸਥਾਵਾਂ ਜਿਵੇਂ ਸਾਡੇ ਕੋਲ ਕਾਲਜਿਸ ਨੇ, ਯੂਨੀਵਰਸਿਟੀਜ਼ ਨੇ, ਜਦੋਂ ਬੱਚੇ ਇੱਥੇ ਆ ਜਾਂਦੇ ਨੇ ਤਾਂ ਇਹਨਾਂ ਦੇ ਸੋਚਣ ਦਾ ਤਰੀਕਾ ਹੀ ਬਦਲ ਜਾਂਦਾ ਹੈ। ਤੁਸੀਂ ਯੂਨੀਵਰਸਿਟੀਆਂ 'ਚ ਦੇਖੋ, ਮੁੰਡੇ ਖਾਸ ਤੌਰ ਦੇ ਉੱਤੇ ਬੋਆਇਜ਼ ਯੂਨੀਅਨਸ ਦੇ ਮੈਂਬਰ ਹੁੰਦੇ ਨੇ, ਉਹ ਯੂਨੀਅਨ ਦੇ ਇਲੈਕਸ਼ਨਸ ਹੁੰਦੇ ਨੇ, ਕਾਲਜ ਦੀ ਮੈਨੇਜਮੈਂਟ ਕਮੇਟੀਜ਼ ਹੁੰਦੀਆਂ ਨੇ, ਵਿਦਿਆਰਥੀ ਫੈਸ਼ਨ ਵੀ ਡਿਸਕਸ ਕਰਦੇ ਹੈ, ਫੀਸਾਂ ਵੀ ਡਿਸਕਸ ਕਰਦੇ ਨੇ, ਭ੍ਰਿਸ਼ਟਾਚਾਰ ਨੂੰ ਡਿਸਕਸ ਕਰਦੇ ਨੇ, ਤੁਸੀਂ ਦੇਖੋ ਵਾਤਾਵਰਣ ਨੂੰ ਡਿਸਕਸ ਕਰਦੇ ਨੇ, ਸਮਾਜ ਵਿੱਚ ਹੋ ਰਹੀਆਂ ਵੱਖ ਵੱਖ ਘਟਨਾਵਾਂ ਨੂੰ ਡਿਸਕਸ ਕਰਦੇ ਨੇ, ਆਉਣ ਵਾਲੇ ਨਵੇਂ ਕਾਨੂੰਨਾਂ ਨੂੰ ਸੋਚਣ ਦੀ ਉਹ ਸ਼ਕਤੀ ਰੱਖਦੇ ਹਨ। ਉਹਨਾਂ ਦਾ ਜੋ ਸੋਚਣ ਦਾ ਤਰੀਕਾ ਹੈ, ਜੋ ਡਿਸਕਸ਼ਨ ਲੈਵਲ ਹੈ, ਉਹ ਬਹੁਤ ਹਾਇਰ ਦਰਜੇ ਦਾ ਹੋ ਜਾਂਦਾ ਹੈ। ਉਦੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਚੇਰੀ ਵਿੱਦਿਆ ਦੇ ਵਿੱਚ ਜਿਹੜੇ ਬੱਚੇ ਚਲੇ ਗਏ ਹਨ, ਉਹ ਮਾਤਾ ਪਿਤਾ ਜਾਂ ਅਧਿਆਪਕਾਂ ਦੇ ਪ੍ਰਭਾਵ ਤੋਂ ਦੂਰ ਹੋ ਜਾਂਦੇ ਹਨ, ਉਹਨਾਂ ਦੀ ਆਪਣੀ ਇੱਕ ਇੰਡੀਪੈਂਡੈਂਟ ਸੋਚਣੀ ਬਣ ਜਾਂਦੀ ਹੈ। ਉਹ ਜੋ ਵੀ ਫੈਸਲਾ ਲੈਂਦੇ ਹਨ ਸਮਾਜ ਦੇ ਬਾਰੇ ਵਿੱਚ, ਉਹ ਆਪਸੀ ਡਿਸਕਸ਼ਨ ਜਾਂ ਉਹਨਾਂ ਦੇ ਆਪਣੇ ਦਿਮਾਗ ਦੀ ਸੂਝਵਾਨਤਾ ਜਾਂ ਤਰਕ ਦੀ ਉਪਜ ਹੁੰਦੀ ਹੈ। ਸੋ ਜੇ ਸਾਡੀਆਂ ਉਚੇਰੀ ਵਿੱਦਿਆ ਦੀਆਂ ਸੰਸਥਾਵਾਂ, ਸਾਡੇ ਵਿੱਦਿਅਕ ਅਦਾਰੇ, ਮੈਂ ਤਾਂ ਇਹ ਸੋਚਦੀ ਹਾਂ ਕਿ ਇੱਕ ਮਾਂ ਅਤੇ ਇੱਕ ਅਧਿਆਪਕ, ਜੇ ਆਪਾਂ ਧਿਆਨ ਨਾਲ ਦੇਖੀਏ, ਇਹ ਦੋ ਦੇ ਉੱਤੇ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਮਾਂ ਨੇ ਪਹਿਲੀ ਸਿੱਖਿਆ ਦੇਣੀ ਹੈ, ਮਾਤਾ ਪਿਤਾ ਦੋਨੋਂ ਹੀ ਆ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਜੇ ਸਾਡੇ ਅਧਿਆਪਕ ਚਾਹੁਣ ਤਾਂ ਇਹ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਵੀ ਤਰੀਕੇ ਦੇ ਨਾਲ, ਹਾਂ ਪਹਿਲਾਂ ਉਹਨਾਂ ਨੂੰ ਆਪਣੇ ਆਪ ਨੂੰ ਆਦਰਸ਼ ਸਾਬਤ ਕਰਨਾ ਪਏਗਾ। ਸੋ ਜੇ ਅਸੀਂ ਕਹੀਏ ਤਾਂ ਇਹ ਕਾਫੀ ਹੱਦ ਤੱਕ ਚੰਗੇ ਸਮਾਜ ਨੂੰ ਉਸਾਰਨ ਦੇ ਵਿੱਚ, ਚੰਗੀ ਸੋਚਣੀ ਬਣਾਉਣ ਦੇ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ। ਸੋ ਉਚੇਰੀ ਵਿੱਦਿਆ ਦੀਆਂ ਸੰਸਥਾਵਾਂ ਵੀ ਸਾਡੇ ਸਮਾਜੀਕਰਨ ਦਾ ਇੱਕ ਸਾਧਨ ਹਨ। ਅਗਲਾ ਪੁਆਇੰਟ, ਸ਼ਾਇਦ ਤੁਹਾਨੂੰ ਇਹ ਸਲਾਈਡ ਬਹੁਤ ਇੰਟਰਸਟਿੰਗ ਵੀ ਲੱਗੇਗੀ। ਸੋ ਆਪਾਂ ਡਿਸਕਸ ਕਰਾਂਗੇ ਸਿਨੇਮਾ। ਜਦੋਂ ਆਪਾਂ ਸਿਨੇਮਾ ਦੀ ਗੱਲ ਕਰਦੇ ਹਾਂ, ਥੀਏਟਰ ਦੀ ਗੱਲ ਕਰਦੇ ਹਾਂ, ਪਿਕਚਰਸ ਦੀ ਗੱਲ ਕਰਦੇ ਹਾਂ, ਇਹ ਤਾਂ ਇੱਕ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦਾ ਟੌਪਿਕ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸ਼ਾਇਦ ਤੁਹਾਨੂੰ ਕੋਈ ਗੱਲ ਸਿਖਾਈ ਜਾਵੇ, ਪੜ੍ਹਾਈ ਜਾਵੇ, ਤਾਂ ਹੋ ਸਕਦਾ ਹੈ ਤੁਸੀਂ ਉਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਨਾ ਸਮਝ ਸਕੋ, ਪਰ ਉਹੀ ਚੀਜ਼ ਜੇ ਇੱਕ ਪਿਕਚਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਏ ਤਾਂ ਤੁਸੀਂ ਬੇਟੇ ਉਸਨੂੰ ਦੇਖ ਸਕਦੇ ਹੋ। ਹੁਣ ਮੈਂ ਇਗਜ਼ਾਮਪਲ ਦਿੱਤੀ ਹੈ, ਦੇਖੋ ਇੱਕ ਸਾਡੀ ਪੰਜਾਬ ਦੇ ਵਿੱਚ ਮੂਵੀ ਆਈ ਹੈ ਧਰਤੀ। ਜੇ ਤੁਸੀਂ ਇਸ ਮੂਵੀ ਨੂੰ ਦੇਖਿਆ ਹੋਏ
या तुसी इस नूं देखो तां तुहानूं रियल पॉलिटिक्स कि असली राजनीति विच की हुंदा है, कौन किस नूं किवें पछाड़ देंदा है, किस दा नां लग जांदा है, रियल पॉलिटिक्स दे उत्ते है। जे आपां गल करिए वीर जरा, बहुत अच्छी मूवी सी वीर जरा, इस मूवी नूं जे आपां ध्यान नाल देखिए तां इह इस चीज़ ते आधारित है कि जिहड़े साडे जंगी कैदी ने जंग दे समें विच भारत दे कैदी हो जाण चाहे पाकिस्तान दे, शायद बिना कसूर तो उन्हां दी पूरी जिंदगी निकल जाती है, असीं उन्हां नूं जीवन वापस नहीं दे सकते, कसूर भी उन्हां दा कुछ नहीं हुंदा, पर क्योंकि दूजियां सरकार